ਕਿਸਾਨ ਪ੍ਰਭੂ ਜਿੱਥੇ ਹਜੇ ਤੱਕ ਆਪਣੀ ਕਣਕ ਵੀ ਨਹੀਂ ਵੱਡੀ ਗਈ ਤੇ ਉਥੇ ਆਪਣੇ ਹੀ ਕੁਝ ਹਿੱਸਿਆਂ ਦੇ ਵਿੱਚ ਝੋਨਾ ਲੱਗਣਾ ਵੀ ਸਟਾਰਟ ਹੋ ਗਿਆ। ਲੱਗਣਾ ਝੋਨਾ ਕਿੱਥੇ ਸਟਾਰਟ ਹੋਇਆ ਹੈ? ਇੰਨਾ ਅੱਗੇ ਤੱਕ ਕਿਉਂ ਲੱਗ ਰਿਹਾ ਹੈ? ਕਿਹੜੀ ਜ਼ਮੀਨ ਦੇ ਵਿੱਚ ਲੱਗ ਰਿਹਾ ਹੈ? ਸਾਰੀ ਗੱਲਬਾਤ ਕਰਦੇ ਹਾਂ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਤਾਂ ਕਿ ਤੁਹਾਨੂੰ ਸਾਰੀ ਗੱਲਬਾਤ ਇਹ ਸਮਝ ਆ ਜੇ। ਲਓ ਜੀ ਵੇਖੋ ਨਜ਼ਾਰਾ ਤੁਸੀਂ ਕਿਵੇਂ ਬਣਿਆ ਪਿਆ। ਇੱਧਰ ਝੋਨਾ ਲੱਗਿਆ ਹੋਇਆ ਹੈ। ਇੱਧਰ ਕਣਕ ਪੱਕੀ ਹੋਈ ਹੈ। ਪੱਕੀ ਹੋਈ ਕਣਕ ਹੈ। ਤਕਰੀਬਨ ਕੁਝ 10 ਦਿਨਾਂ ਤਾਈਂ ਬਾਡੀ ਹੋ ਜੂ ਤੇ ਪਰ ਇਧਰ ਜਿਹੜਾ ਇਹ ਝੋਨਾ ਲੱਗਿਆ ਹੋਇਆ ਇਹ ਦੇਖੋ ਇਹ ਹੈਗੀ ਹੈ ਜੀ 1509 ਵੈਰਾਈਟੀ ਤੇ ਮਟਰਾਂ ਵਾਲੇ ਜ਼ਮੀਨ ਦੇ ਵਿੱਚ ਲੱਗੀ ਹੋਈ ਹੈ ਇਹ ਕਿਸੇ ਦੀ ਵੀਡੀਓ ਉਹਨੇ ਦੱਸੀ ਸੀ ਭਰਾ ਨੇ ਤੇ ਆਪਾਂ ਤੁਹਾਡੇ ਨਾਲ ਕਿਉਂ ਨਾ ਸੋਚਿਆ ਵੀ ਇੰਨੀ ਵਧੀਆ ਕੁਦਰਤ ਦੇ ਨਜ਼ਾਰੇ ਤੁਹਾਡੇ ਨਾਲ ਸਾਂਝੇ ਕਰੀਏ ਤਾਂ ਇਹ ਜਿਹੜਾ ਵੈਰਾਈਟੀ ਇਹ 1509 ਲੱਗੀ ਹੋਈ ਹੈ 1509 ਵੱਢ ਕੇ ਕਹਿੰਦੇ ਉਹ ਬਈ ਜੀ ਅਸੀਂ ਅਸੀਂ ਇੱਥੇ 26 ਲਾ ਦੇਾਂਗੇ 26 ਝੋਨਾ ਤੇ ਨਾਲ ਹੁਣ ਇਹ ਕਣਕ ਵੱਢ ਲੈਣਗੇ ਉਧਰ ਸਰਕਾਰਾਂ ਮੰਨੀਆਂ ਵੀ ਕੋਈ ਰੋਕ ਨਹੀਂ ਇੱਥੇ ਜਿਹੜਾ ਵਾਟਰ ਲੈਵਲ ਆ ਉਹ ਕਹਿੰਦੇ ਬਾਈ ਜੀ 9 ਫੁੱਟ ਥੱਲੇ ਆ ਪਾਣੀ ਉਹਨਾਂ ਦੇ 9 ਫੁੱਟ ਥੱਲੇ ਆ ਤੇ ਜਿੱਥੇ ਆਪਣੇ ਅੱਜ ਦੇ ਸਮੇਂ ਪੰਜਾਬ ਦੇ ਵਿੱਚ ਤਾਂ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਤੱਕ ਕਿੰਨੇ ਕਿੰਨੇ ਡੂੰਘੇ ਹੋ ਗਏ ਪਾਣੀ ਤੇ ਤੁਸੀਂ ਕਮੈਂਟ ਬਾਕਸ ਵਿੱਚ ਵੀ ਦੱਸਿਓ ਵੀ ਆਪਦੇ ਆਪਦੇ ਏਰੀਏ ਦੇ ਵਿੱਚ ਵੀ ਤੁਹਾਡੇ ਕਿੰਨਾ ਡੂੰਘਾ ਪਾਣੀ ਫਿਰਦਾ ਹੈ ਇਸ ਸਮੇਂ ਤਾਂ ਵੇਖੋ ਨਜ਼ਾਰਾ ਬੰਨਿਆ ਪਿਆ ਸੋਚਿਆ ਵੀ ਥੋੜੇ ਨਾਲ ਜਰੂਰ ਇਹੋ ਜਿਹਾ ਕੁਦਰਤ ਦਾ ਨਜ਼ਾਰਾ ਸਾਂਝਾ ਕਰਗੇ ਜਿੱਥੇ ਕਿ ਕਿਸਾਨ ਭਰਾ ਇਹੋ ਜਿਹੇ ਨਜ਼ਾਰੇ ਵੀ ਜ਼ਿੰਦਗੀ ਦੇ ਲਈ ਜਾਂਦੇ ਆ ਦੋ ਦੋ ਫਸਲਾਂ ਲਾ ਲਓ ਤੰਨ ਫਸਲ ਲਾਉ ਲੋ ਮਾਟਰਾਂ ਦੀ ਜਮੀਨ ਦੇ ਵਿੱਚ ਇਹ ਹੁਣ ਫਸਲ ਲੱਗੀ ਹੋਈ ਤੇ ਕਣਕ ਕੱਢ ਕੇ ਦਿਖਾਉਂਦਾ ਵੀ ਇਹੋ ਜਿਹੀ ਕਣਕ ਪਕਾ ਆ ਸਾਡੇ ਦਾਣੇ ਆ ਤਾਂ ਇਹ ਆ ਜੀ ਉੱਥੋਂ ਦੇ ਉੱਤਰਾਖੰਡ ਦੇ ਵਿੱਚ ਨਜ਼ਾਰੇ ਦੇਖ ਸਕਦੇ ਹੋ ਤੁਸੀਂ ਉੱਥੇ ਜਾਓ ਤਾਂ ਘੁੰਮਣ ਫਿਰਨ ਕੋਈ ਪਹਾੜਾਂ ਦੇ ਏਰੀਏ ਦੇ ਵਿੱਚ ਜ਼ਰੂਰ ਵੇਖ ਕੇ ਆਓ ਖੇਤੀਬਾੜੀ ਉੱਥੇ ਵੀ ਕੀ ਹਿਸਾਬ ਦਾ ਸਮੇਂ ਤੇ ਲਈ ਜਾਂਦਾ ਤਾਂ ਹਾਂਜੀ ਕਿਸਾਨ ਪ੍ਰਭੂ ਜਿਵੇਂ ਤੁਸੀਂ ਇਹ ਆਪਣੀ ਵੀਡੀਓ ਦੇਖੀ ਹੋਣੀ ਹੈ ਨਾ ਜਾਣਕਾਰੀ ਨਾਲ ਭਰੀ ਹੋਈ ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗਿਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦੀ